ਮੇਰੇ ਵੀਰ ਕਰਸਾਨਾਂ ਤੇ ਕਿਰਤੀਆ ਓਏ ਮੇਰੇ ਵੀਰ ਕਰਸਾਨਾਂ ਤੇ ਕਿਰਤੀਆ ਓਏ ਵਸਦਾ ਰਹੇ ਇਹ ਸਦਾ ਪੰਜਾਬ ਤੇਰਾ ਹੋਏ ਦਿਨ ਰਾਤ ਤੂੰ ਮਿਹਨਤਾਂ ਕੀਤੀਆਂ ਨੇ ਪੂਰਾ ਇੱਕ ਵੀ ਹੋਇਆ ਨਹੀਂ ਖਾਬ ਤੇਰਾ ਦਿਨ ਰਾਤ ਤੂੰ ਮਿਹਨਤਾਂ ਕੀਤੀਆਂ ਨੇ ਪੂਰਾ ਇੱਕ ਵੀ ਹੋਇਆ ਨਹੀਂ ਖਾਵ ਤੇਰਾ ਓਏ ਵਾਲ ਵਾਲ ਹੈ ਤੇਰਾ ਕਰਜਾਈ ਕਰਕੇ ਵਾਲ ਵਾਲ ਇਹ ਤੇਰਾ ਕਰਜਾਈ ਕਰਕੇ ਪੂਰਾ ਕਰਨ ਨੂੰ ਫਿਰਨ ਹਿਸਾਬ ਤੇਰਾ ਅਮਲੀ ਕੀਤੀ ਆ ਫਸਲ ਤੇ نسل ਤੇਰੀ ਤੇ ਇਨਾ ਕੀਤਾ ਇਹ ਖਾਨਾ ਖਰਾਬ ਤੇਰਾ ਅਮਲੀ ਕੀਤੀ ਆ ਫਸਲ ਤੇ نسل ਤੇਰੀ ਇਹਨਾ ਕੀਤਾ ਇਹ ਖਨਾ ਖਰਾਬ ਤੇਰਾ ਬਹੁਤ ਹੀ ਸਤਕਾਰਯੋਗ ਮਜ਼ਰਗੋ ਵੀਰੋ ਭੈਣੋ ਤੇ ਸਾਰੇ ਹੀ ਸੂਜਮਾਨ ਸਾਥੀਓ ਨੌਜਵਾਨੋ ਅੱਜ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਮੇਰੇ ਵੀਰਾਂ ਦਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਵੀਰੋ ਹੋ ਤਾਂ ਆਪਣੇ ਨਾਲ ਬਹੁਤ ਮਾੜੀ ਰਹੀ ਆ ਮਾੜੀਏ ਆਪਾਂ ਨੂੰ ਦੇਖਣ ਨੂੰ ਲੱਗਦੀ ਆ ਇਹ ਹੋਣੀ ਸੀ ਕਿਉਂਕਿ ਇਹਨਾਂ ਨੇ ਜੋ ਕੁਝ ਵੀ ਸਾਡੇ ਨਾਲ ਪਿੱਛੇ ਕੀਤਾ ਅਸੀਂ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ ਜੇ ਅਸੀਂ ਕਿਉਂਕਿ ਇਹਨਾਂ ਵਾਸਤੇ ਅਸੀਂ ਬਹੁਤ ਕੁਝ ਕੀਤਾ 93% ਕੁਰਬਾਨੀਆਂ ਦੇਣੀਆਂ ਕਿਦੇ ਵਾਸਤੇ ਸੀਗੀਆਂ ਇਹ ਇਹਨਾਂ ਵਾਸਤੇ ਸੀ ਇਹਨਾਂ ਨੇ ਸਾਨੂੰ ਕੀ ਦਿੱਤਾ ਆਜ਼ਾਦ ਹੁੰਦੇ ਸਾਰੇ 1947 ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ ਦੇਖੋ ਸਾਡੇ ਲੋਕ ਉਧਰ ਘਰ-ਬਾਰ ਛੱਡ ਕੇ ਆਏ ਆਪਣੀਆਂ ਮਹਿਲ-ਮਾਲੀਆਂ ਛੱਡ ਕੇ ਆਏ ਆਪਣੀਆਂ ਜ਼ਮੀਨਾਂ ਛੱਡ ਕੇ ਆਏ ਆਪਣੇ ਡੰਗਰ ਵੱਛਾ ਸਭ ਕੁਝ ਛੱਡ ਕੇ ਆ ਕੇ ਐ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਗਵਾਂਡੀਆਂ ਨੂੰ ਦੇ ਆਏ ਵੀ ਅਸੀਂ ਆ ਹੀ ਜਾਣਾ ਵੀਰੋਂ ਉਹਨਾਂ ਦੇ ਕੋਲ ਇੱਕ ਕੌਲੀ ਵੀ ਐਨੀ ਸੀ ਪਾਣੀ ਪੀਣ ਲਈ ਔਰ ਜਦੋਂ ਇੱਥੇ ਆਏ ਇਹ ਧਰਤੀ ਕਿਹੋ ਜੀ ਸੀਗੀ ਕਿ ਕੁਛ ਵੀ ਨਹੀਂ ਸੀ ਹੁੰਦਾ ਉਦੋਂ ਕੋਈ ਫਸਲਾਂ ਖਾਸ ਨਹੀਂ ਸੀ ਹੁੰਦੀਆਂ ਇਹਨਾਂ ਨੇ ਜੰਗਲ ਵਿਆਬਾਨ ਆਬਾਦ ਕੀਤੇ ਜਿੱਥੇ ਵੀ ਬੈਠੇ ਸੀਗੇ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਔਰ ਇਹਨਾਂ ਨੇ ਇਸ ਧਰਤੀ ਨੂੰ ਇੰਨਾ ਕਿ ਜਰਖੇਸ ਬਣਾ ਦਿੱਤਾ ਕਿ ਅਖੀਰ ਨੂੰ ਇਹਨਾਂ ਨੂੰ ਬਾਹਰੋਂ ਨੀਤੀਆਂ ਲਿਆ ਕੇ ਇੱਥੇ ਲਾਗੂ ਕਰਨੀਆਂ ਪਈਆਂ ਸਾਡੇ ਕਿਸਾਨ ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਇਹਨਾਂ ਨੇ ਨਵੇਂ ਬੀਜ ਲਿਆ ਕੇ ਦਿੱਤੇ ਹਾਂਜੀ ਨਵੀਂ ਮਸ਼ੀਨਰੀ ਲਿਆ ਕੇ ਦਿੱਤੀ ਉਹ ਸਿਸਟਮ ਕੁਸ਼ਚਰ ਤਾਂ ਸਾਡੇ ਕੋਲ ਚੱਲਿਆ ਵਧੀਆ ਸਾਡੇ ਕੋਲ 5 7 10 ਸਾਲ ਸਾਨੂੰ ਠੀਕ ਅਸੀਂ ਥੋੜੇ ਜੇ ਵਸਦਿਆਂ ਚ ਹੋ ਗਏ ਪਰ ਤੁਹਾਨੂੰ ਪਤਾ ਹੈ ਮਸ਼ੀਨਰੀ ਮਸ਼ੀਨੀ ਯੁੱਗ ਜਿਹੜਾ ਹੁੰਦਾ ਅਖੀਰ ਨੂੰ ਇਹ ਪੈਦਾ ਤਾਂ ਇਹਨਾਂ ਦਾ ਹੀ ਕੀਤਾ ਹੁੰਦਾ ਹੈ ਇਹ ਕਾਰਪੋਰੇਟ ਘਰਾਣਿਆਂ ਦਾ ਹੀ ਪੈਦਾ ਕੀਤਾ ਹੁੰਦਾ ਨਹੀਂ ਫਸਲ ਤਾਂ ਪਹਿਲਾਂ ਵੀ ਲੈ ਲੈਂਦੇ ਪਹਿਲਾਂ ਵੀ ਮੰਗਾ ਸਕਦੇ ਸੀ ਚਲੋ ਮੁਲਕ ਯਾਦ ਹੋਇਆ ਸੀ ਇਸ ਕਰਕੇ ਸਭ ਨੇ ਸੋਚਿਆ ਪਰ ਇਹਨਾਂ ਨੇ ਸਾਡੀਆਂ ਮੁੱਲ ਨਹੀਂ ਪਾਇਆ ਕੋਈ ਵੀ ਸਾਡਾ ਇਹਨਾਂ ਨੇ 1947 ਦੇ ਵਿੱਚ ਆਜ਼ਾਦ ਹੋ ਕੇ ਇੱਧਰ ਆਏ ਆਉਂਦੇ ਸਾਰੇ ਇਹਨਾਂ ਨੇ ਫਤਵਾ ਆਇਦ ਕਰਤਾ ਇਹਨਾਂ ਨੇ ਕਾਨੂੰਨ ਇੱਕ ਉਹ ਭੇਜਤਾ ਸਰਕੂਲਰ ਸਾਰੇ ਹੀ ਪੰਜਾਬ ਦੇ ਡੀਸੀਆਂ ਨੂੰ ਕਹਿੰਦੇ ਵੀ ਜਿਹੜੇ ਇਹ ਲੋਕ ਨੇ ਆਏ ਨੇ ਨਾ ਉਧਰੋਂ ਪਾਕਿਸਤਾਨ 'ਚ ਜਿੰਨਾ ਕ ਪੰਜਾਬ ਰਹਿ ਗਿਆ ਸੀ ਜਿੰਨੇ ਵੀ ਉਧਰੋਂ ਖਾਸ ਕਰਕੇ ਜੱਟ ਸਿੱਖ ਜਿਹੜੇ ਆਏ ਸੀਗੇ ਕਹਿੰਦੇ ਭਈ ਇਹ ਨੇ ਜਿਹੜੇ ਇਜ਼ਰਾਇਲ ਪੇਸ਼ਾ ਲੋਕ ਨੇ ਯਾਨੀ ਕਿ ਮੁਜਰਮ ਕਰਨ ਦੇ ਜੁਰਮ ਕਰਨ ਦੇ ਆਦਿ ਨੇ ਮੁਜਰਮ ਬਿਰਤੀ ਦੇ ਲੋਕ ਨੇ ਇਹਨਾਂ ਦੇ ਉੱਤੇ ਖਾਸ ਨਿਗਰ ਰੱਖੀ ਜਾਵੇ ਚਲੋ ਜਦ ਕੇ ਪੰਡਿਤ ਨਹਿਰੂ ਦੇ ਗਾਂਧੀ ਹੁਣੀ ਸਾਨੂੰ ਵਿਸ਼ਵਾਸ ਦੇ ਰਹੇ ਸੀ ਕਿ ਤੁਹਾਨੂੰ ਇੱਕ ਨਾਰਥ ਇੰਡੀਆ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਇੱਕ ਇਹੋ ਜਿਹਾ ਜਗ੍ਹਾ ਇਹੋ ਜਿਹਾ ਖੇਤਾ ਦਵਾਂਗੇ ਜਿੱਥੇ ਤੁਸੀਂ ਵੀ ਆਪਣੀ ਆਜ਼ਾਦੀ ਦਾ ਨਿਗਮ ਮਾਣ ਸਕੋਗੇ ਆ ਲੈ ਲੋ ਕਿਤਾ ਜਿਹੜਾ ਸਾਡੇ ਕੋਲ ਸੀਗਾ ਉਹ ਵੀ ਖੋ ਰਏ ਨੇ ਆ ਹੁਣ ਸੁਣਨ ਚ ਗੱਲ ਇਹ ਆ ਰਹੀ ਆ ਵੀ ਉਹ ਪਠਾਨਕੋਟ ਹੁਸ਼ਿਆਰਪੁਰ ਕਰਦਿਆਂ ਬਟਾਲਾ ਬੁੱਡੂਲਾ ਗੁਰਦਾਸਪੁਰ ਤੋੜ ਕੇ ਇਹ ਜੰਮੂ ਸਟੇਟ ਅੱਜ ਬਣਾ ਰਹੇ ਨੇ ਕੀ ਰਹਿ ਜੂ ਤੁਹਾਡੇ ਕੋਲ ਇਧਰੋਂ ਵੀ ਕੱਟ ਲੈਣਗੇ ਹੋਰ ਇਧਰੋਂ ਪੰਜ ਚਾਰ ਸ਼ਹਿਰ ਕੱਟ ਲੈਣਗੇ ਥੋਡੇ ਕੋਲ ਇਹ ਇਹ ਨਾ ਹੋ ਜਵੇ ਵੀ ਤੁਸੀਂ ਸੂਬਿਆਂ ਦੀਆਂ ਸਟੇਟ ਦੀਆਂ ਚੋਣਾਂ ਲੜਦੇ ਲੜਦੇ ਕਿਤੇ ਇਹ ਕਾਰਪੋਰੇਸ਼ਨੇ ਬਣਾ ਲਓ ਸੋ ਵੀਰੋ ਤੁਹਾਡੀ ਹੋਣ ਦਾ ਸਵਾਲ ਹੈ ਤੁਹਾਡੀ ਮਾਂ ਬੋਲੀ ਪੰਜਾਬੀ ਤੇ ਇਹਨਾਂ ਨੇ ਦੇਖੋ ਬੰਦ ਕਰਤੀ ਜੰਮੂ ਕਸ਼ਮੀਰ ਚ ਰਾਜਸਥਾਨ ਚ ਬੰਦ ਕਰਤੀ ਔਰ ਬੰਦ ਕਰਨ ਤੋਂ ਬਾਅਦ ਹੁਣ ਇਹਨਾਂ ਨੇ ਆਉਂਦੀ ਸਾਰੇ ਉਹਨਾਂ ਦੀ 370 ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਬਣਾਦਾ ਘਰਾਂ ਦੇ ਵਿੱਚ ਕੈਦ ਕੀਤੇ ਹੋਏ ਨੇ ਜਿਨੇ ਵੀ ਉਹਨਾਂ ਦੇ ਲੀਡਰ ਲੋਡਰ ਸੀਗੇ ਤੇ ਹੁਣ ਉਹਨਾਂ ਨੇ ਪੰਜਾਬ ਵੱਲ ਧਾਇਆ ਬੋਲਤਾ ਇਹ ਕਿਉਂ ਬੋਲਿਆ ਇਹ ਤਾਂ ਬੋਲਿਆ ਕਿ ਅਸੀਂ ਉਹਨਾਂ ਦੇ ਭਾਈ ਭਾਰਤ ਮਾਤਾ ਦਾ ਮਤੇਆ ਪੁੱਤਾ ਪੰਜਾਬ ਪੰਜਾਬ ਮਤੇਆ ਪੁੱਤਾ ਭਾਰਤ ਮਾਂ ਦਾ ਔਰ ਮਤਾਈ ਨਾਲ ਤਾਂ ਫਿਰ ਤੈਨੂੰ ਪਤਾ ਹੀ ਆ ਉਹਨਾਂ ਨੂੰ ਤਾਂ ਸਿਰਫ ਮੁਸਲਮਾਨਾਂ ਨੂੰ ਤਾਂ ਸਰੀਰਕ ਤੌਰ ਤੇ ਕੁੱਟ ਲੈਣਗੇ ਮਾਰ ਲੈਣਗੇ ਹੋਰ ਕੋਈ ਗੱਲ ਨਹੀਂ ਹੋਣੀ ਉਹਨਾਂ ਨਾਲ ਮਾਰ ਦੇਣਗੇ ਕੁੱਟ ਲੈਣਗੇ ਸਾਡੇ ਨਾਲ ਕੀ ਹੋਣਾ ਸਾਡੇ ਨਾਲ ਇਹਨਾਂ ਦੀ ਜਿਹੜੀ ਆ ਨਾ ਸਾਡੀ ਏਡਾਲੋਜੀ ਭੜਦੀ ਆ ਇਹ ਇਹ ਵਰਨ ਜਾਤ ਵਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇਹਨਾਂ ਦਾ ਜਿਹੜਾ ਵਰਨ ਵਾਂਡਾ ਭਈ ਜਿਹੜਾ ब्राह्मण ਉਹ ਸਭ ਤੋਂ ਉੱਤਮ ਵੈਸ਼ ਐ ਆ ਸ਼ੁੱਧ ਰਹਿ ਆ ਇਹਨਾਂ ਨੇ ਵੰਡੀਆਂ ਪਾਈਆਂ ਨੇ ਜਦ ਕਿ ਮਨੁੱਖ ਦਾ ਲਹੂ ਦਾ ਲਾ ਲੇ ਆ ਸਭ ਦਾ ਇੱਕੋ ਜਿਹੀ ਆ ਕੋਈ ਫਰਕ ਨਹੀਂ ਹੈਗਾ ਔਰ ਅਸੀਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਕਹਿੰਦੇ ਆ ਇਹ ਗੁਰੂ ਨਾਨਕ ਦੀ ਫਲਸਫੀ ਨੂੰ ਖਤਮ ਕਰਨ ਨੂੰ ਫਿਰਦੇ ਨੇ ਥੋੜੇ ਵਿੱਚੋਂ ਥੋੜੇ ਚੋਂ ਗੁਰੂਆਂ ਦੀ ਰੂਹ ਮਾਰਨੀ ਚਾਹੁੰਦੇ ਨੇ ਭਈ ਇਹ ਵੀ ਸਿਹਾਰੇ ਜੇ ਬਣ ਕੇ ਯੂਪੀ ਬਿਹਾਰ ਵਾਲਿਆਂ ਮੰਗ ਇਹ ਵੀ ਆਮਨਾਲ ਆਉਮ ਨਾਉਮ ਸੱਤ ਕਰੀ ਜਾਣ ਬਾ ਆਹ ਕੁਛ ਕਰ ਚਾਹੁੰਦੇ ਨੇ ਸਾਡੇ ਤੋਂ ਇਹ ਇਹ ਨਹੀਂ ਚਾਹੁੰਦੇ ਬਈ ਆ ਪੁੱਤ ਆ ਖੜੇ ਆ ਅਸੀਂ ਇੰਨੀ ਆਵਾਜ਼ ਨਹੀਂ ਸੁਣਨਾ ਚਾਹੁੰਦੇ ਸਾਡੇ ਕੋਲ ਇਹਨਾਂ ਨੂੰ ਇਹਨਾਂ ਨੂੰ ਡਰਾਂ ਤਾਂ ਸਿਰਫ ਸਾਡੇ ਬੋਲਿਆਂ ਤੋਂ ਹੀ ਡਰਾਂ ਏ ਇਤਾ ਜੇ ਚੰਗੀ ਤਰ੍ਹਾਂ ਜੁਰਤ ਨਾਲ ਬੰਦੇ ਚਾਰ ਖੜੇ ਉਹ ਬੋਲ ਲੈਣ ਨਾ ਇਹਨਾਂ ਦੇ ਤਾਂ ਤੈਨੂੰ ਪਤਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਉਦੋਂ ਵੀ ਉਹਨਾਂ ਦਾ ਮੁਕਤ ਪਾਣੀ ਇੱਕ ਹੋ ਜਾਂਦਾ ਵੀ ਆਓ ਜੀ ਇਹ ਕਹਿ ਦਿਆ ਨੇ ਆ ਨਿਕਲੇ ਤਰ ਇੰਨੇ ਚ ਹੈ ਕਰਨ ਜੋਗੇ ਕੁਛ ਨਹੀਂ ਹੈਗੇ ਪਰ ਇਹ ਆ ਬਈ ਰਾਜ ਆ ਜਦੋਂ ਹਾਕਮ ਦੇ ਕੋਲ ਪਾਵਰ ਹੁੰਦੀ ਆ ਨਾ ਉਦੋਂ ਦੁਰਜੇ ਆਮ ਲੋਕ ਉਹਨਾਂ ਨੂੰ ਕੀੜੇ ਮਕੌੜੇ ਨਜ਼ਰ ਆਉਂਦੇ ਹੁੰਦੇ ਨੇ ਬਾਕੀ ਸਾਡੇ ਲੀਡਰਾਂ ਨੇ ਕਿਹੜਾ ਕੋਈ ਚੱਜਦਾ ਕੰਮ ਕੀਤਾ ਅੱਜ ਅੱਜ ਜੇ ਲੀਡਰ ਚੰਗੇ ਹੁੰਦੇ ਅੱਜ ਲੀਡਰ ਸਾਡੀ ਅਗਵਾਈ ਕਰਦੇ ਹੁੰਦੇ ਅਸੀਂ ਉਹਨਾਂ ਦੇ ਮੰਗਰ ਤੁਰਦੇ ਹੁੰਦੇ ਪਰ ਸਾਨੂੰ ਖੁਦ ਨੂੰ ਵਿਸ਼ਵਾਸ ਨਹੀਂ ਰਿਹਾ ਉਹਨਾਂ ਦੇ ਉੱਤੇ ਅਰ ਉਹਨਾਂ ਨੂੰ ਵੀ ਪਤਾ ਹੈ ਲੀਡਰਾਂ ਨੂੰ ਵੀ ਪਤਾ ਹੈ ਵੀ ਹੁਣ ਨਹੀਂ ਓਏ ਹੁਣ ਨਹੀਂ ਇਹ ਲੋਕ ਸਾਡੇ ਤੇ ਯਕੀਨ ਕਰਦੇ ਕੀ ਹਾਲ ਹੋਇਆ ਇਹਨਾਂ ਦਾ ਦਿੱਲੀ ਇੱਕ ਸਟੇਟ ਦੀ ਹੁਕਮਰਾਨ ਪਾਰਟੀ ਗਈ ਹੋਵੇ ਆਪਣੇ ਸਾਰੇ ਐਮਐਲਏ ਲੈ ਕੇ ਸਾਰੇ ਆਪਣੇ ਐਮਪੀ ਲੈ ਕੇ ਉੱਥੇ ਗਏ ਹੋਣ ਰਾਸ਼ਟਰਪਤੀ ਦਾ ਕੰਮ ਹੁੰਦਾ ਇਹ ਕਾਮ ਨਾਗਰਿਕ ਵੀ ਜਾਵੇ ਉਹਨੂੰ ਵੀ ਸਮਾਂ ਦਵੇ ਵੀ ਇਹ ਕਿਸ ਦੁੱਖ ਤਕਲੀਫ ਵਜਾਵੀ ਮੈਂ ਇਹਦੀ ਦੁੱਖ ਤਕਲੀਫ ਸੁਣਾ ਪਰ ਉਹਨਾਂ ਨੇ ਇਹਨਾਂ ਨੂੰ ਨਾ ਧਰਮਨਾਲ ਐ ਐ ਸਿੱਟਿਆ ਨਾ ਪਹੁੰਚ ਕੇ ਨਜ਼ਾਰਾ ਲਿਆਤਾ ਧਰਮਨਾਲ ਹੋਣੀ ਇਹਨਾਂ ਨਾਲ ਏਕੜੇ ਚਾਹੀਦੀ ਸੀ ਇਹ ਜੀ ਖੇਤ ਪਾ ਗੱਦੇ ਨਾਲ ਨਾ ਹੋਵੇ ਜਿਹੇ ਜੀ ਇਹਨਾਂ ਨਾਲ ਹੋਈ ਆ ਕਿਹਨੇ ਪੁੱਛਿਆ ਇਹਨਾਂ ਨੂੰ ਇੱਥੇ ਬਧੇਰੀਆਂ ਕਾਰਾਂ ਢੂੰ ਢੂੰ ਢੂੰਡੋ ਸਾਡੇ ਸਿਰ ਤੇ ਕਰਦੇ ਫਿਰਦੇ ਨੇ ਹਾਂ ਅਜੇ ਇਹਨਾਂ ਨਾਲ ਹੋਰ ਹੋਣੀ ਆ ਅਜੇ ਇਸ ਸੰਘਰਸ਼ ਦੇ ਵਿੱਚੋਂ ਅਜੇ ਵੀ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਪਰ ਮਿੱਤਰੋ ਹੁਣ ਛੇਤੀ ਛੇਤੀ ਤੁਹਾਡੇ ਬਸ ਦੇ ਵਿੱਚ ਲੋਕ ਨਹੀਂ ਆਉਣੇ ਜਿੰਨਾ ਮਰਜੀ ਤੁਸੀਂ ਫਿਰ ਲੋ ਹੁਣ ਨਹੀਂ ਛੇਤੀ ਛੇਤੀ ਆਤਤ ਰਹਉਂਦੇ ਪਿੰਡਾਂ ਕੰਨੀ ਨੂੰ ਮੂੰਹ ਤਾਂ ਕਰਕੇ ਦੇਖਣ ਇਹ ਛੱਡਿਆ ਕੀ ਆ ਪਰ ਇਹਨਾਂ ਨੇ ਇੱਕ ਸਾਲਾ ਇਹੋ ਜਿਹਾ ਕੰਮ ਕੀਤਾ ਨਾ ਇਹਨਾਂ ਨੇ ਖਾਸ ਕਰਕੇ ਆ ਬਾਦਲਬਜ਼ਾਰ ਤੇ ਨੇਤਾ ਮੈਂ ਦੇਖਿਆ ਨਾ 10 ਸਾਲ ਇਹਨਾਂ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਰਪੰਚ ਪੰਚ ਤੱਕ ਨਾ ਸਾਰੇ ਕਾਣੇ ਕਰਤੇ ਇਹ ਵੀਡੀਓ ਤੋਂ ਹੀ ਡਰੀ ਜਾਂਦੇ ਨੇ ਉਹ ਵੀਡੀਓ ਦੀ ਚੁੱਤੀ ਆ ਗਈ ਬਾਈ ਉਹ শাਲਾ ਵੀਡੀਓ ਦੀ ਚਿੱਠੀ ਆ ਕੰਮ ਕਾਬਲਾ ਕਰ ਜੇ ਕੁਝ ਕੀਤਾ ਹੀ ਇਹਨੇ ਜੋਗੇ ਨਹੀਂ ਜਿਹੜੇ ਪਿਛ ਲੱਗੂ ਬਣੇ ਹੋਏ ਨੇ ਸਾਡੇ ਲੋਕ ਵੀ ਜਿੰਨਾ ਚਿਰ ਅਸੀਂ ਪਿੰਡਾਂ ਦੇ ਵਿੱਚੋਂ ਅਸੀਂ ਕਾਲੀ ਕਾਂਗਰਸੀ ਆਮ ਆਦਮੀ ਆ ਇਹ ਨਾ ਆਮੂ ਮੈਂ ਚ ਨਿਕਲਾਂਗੇ ਨਹੀਂ ਨਾ ਬਾਹਰ ਉਹਨਾਂ ਚ ਜੁੱਤੀਆਂ ਖਾਵਾਂਗੇ ਹੀ ਖਾਵਾਂਗੇ ਇਹ ਸਾਨੂੰ ਸੋਚਣਾ ਪਊਗਾ ਦੇਖੋ ਬੰਦੇ ਤਾਂ ਮਿੱਤਰੋ ਪੰਜਾਬ ਤੋਂ ਲੱਭਣੇ ਪੈਣੇ ਨੇ ਹੋਰ ਤਾਂ ਕਿਤੇ ਮਿਲਣੇ ਨਹੀਂ ਆਪਾਂ ਨੂੰ ਹੁਣ ਇਹ ਤੁਸੀਂ ਸਾਰਿਆਂ ਨੇ ਦੇਖਣਾ ਭਈ ਚੰਗਾ ਕਿਹੜਾ ਮਾਰਾ ਕਿਹੜਾ ਤੁਹਾਨੂੰ ਪਤਾ ਸੱਚ ਨੂੰ ਦਬਾਇਆ ਜਾ ਰਿਹਾ ਸੱਚੇ ਬੰਦੇ ਤੋਂ ਡਰਦੇ ਤੋਂ ਦੋ ਕੋ ਪਰੇ ਦੀ ਲੰਘ ਜਾਂਦੇ ਨੇ ਯਾਰ ਇਹਨੇ ਕਿਹੜਾ ਮੂੰਹ ਚਰੋਂ ਬੋਲਣਾ ਸੱਚਿਆਂ ਨਾਲ ਆ ਕੁਝ ਹੋ ਰਿਹਾ ਅੱਜ ਔਰ ਜਿਹੜੇ ਚੋਪੜੇ ਮੂੰਹ ਗੱਲਾਂ ਕਰਦੇ ਨੇ ਕੂਲੀਆਂ ਕੂਲੀਆਂ ਜੀਆਂ ਉਹ ਉਹ ਬਹੁਤ ਚੰਗੇ ਨੇ ਕੰਮ ਕੀ ਪੈਂਦੇ ਨੇ ਸਾਡੇ ਥਾਣਿਆਂ 'ਚ ਕਤਲ ਹੋ ਗਿਆ ਉਹ ਤਾਂ ਅਸੀਂ ਕਤਲ ਉਹ ਤਾਂ ਪਤਾ ਹੀ ਆ ਵੀ 302 ਦਾ ਪਰਚਾ ਕਟਿਆ ਗਿਆ ਕੀ ਆ ਜੀ ਰਾਤ ਮੁੰਡਿਆਂ ਨੇ दारू ਪੀਤੀ ਸੀ ਲੜ ਪਏ ਆਪਸ ਵਿੱਚ ਯਾਰ ਕੀ ਆ ਗੱਲ ਥਾਣੇ ਤੱਕ ਪਹੁੰਚ ਗਈ ਚੱਲਨੀ ਸਰਪੰਚ ਔਰ ਆਪਾਂ ਹੀ ਨੰਬਰਦਾਰ ਆਪਾਂ ਨੂੰ ਜਾਣਾ ਪੈਣਾ ਬਾਈ ਉਹਨਾਂ ਨੇ ਗਾਂ ਜਾ ਕੇ ਕੀ ਕਰਨਾ ਹੈ ਉਹਨਾਂ ਨੇ ਜਾ ਕੇ ਮਦਦ ਨਹੀਂ ਕਰਨੀ ਉਹਨਾਂ ਨੇ ਜਾ ਕੇ ਪਹਿਲਾਂ ਤਾਂ ਕਹਿਣਾ ਥਾਣੇਦਾਰ ਨੂੰ ਵੀ ਐ ਕਰੀ ਅਸੀਂ ਗੇਟ ਤੇ ਅਜੇ ਐਂਟਰੀ ਬਾਹਰ ਕਰਦੇ ਹੋਵਾਂਗੇ ਤੇਰੇ ਹੱਥ ਦੀ ਡਾਂਗ ਚਾਹੀਦੀ ਆ ਆ ਜਿਨ੍ਹਾਂ ਦੇ ਪਰਚਾ ਨਾ ਪਹਿਲਾਂ ਤੂੰ ਇਹਨਾਂ ਨੂੰ ਲੰਮਿਆਂ ਪਾਇਆ ਹੋਵੇ ਅਸੀਂ ਜਾ ਕੇ ਛਡਾਵਾਂਗੇ ਇਹ ਮੇਰੇ ਆਪਣੇ ਹੱਡੀ ਬੀਤੀਆਂ ਹੋਈਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ। ਇਹ ਛਡਾਉਂਦੇ ਛਡਾਉਂ ਜਦ ਪਤਾ ਲੱਗ ਗਿਆ ਵੀ ਹਾਂਜੀ ਕੌਣ ਆ ਰਹੇ ਨੇ ਚੇਅਰਮੈਨ ਸਾਹਿਬ ਆ ਰਹੇ ਨੇ ਠੀਕ ਆ ਇਹਨਾਂ ਨੂੰ ਢਾ ਲੋ। ਡਾਂਗ ਫੜਾ ਦੇਣੀ ਆ ਮੁੰਸੀ ਦੇ ਹੱਥ ਦੇ ਵਿੱਚ। ਓਏ ਆ ਕੀ ਕੀਤਾ ਤੈਂ? ਹਾਂ ਤੈਂ ਕੀਤਾ ਰਾਦਾ ਬੁਲਾਉਂ। ਉਹ ਰੌਲਾ ਵੱਧ ਪਾਉਂਦਾ ਬੰਦੇ ਦੇ ਇੱਕ ਪੈਂਦੀ ਨਹੀਂ ਜਦ ਇਹੜਾਟ ਪਹਿਲਾਂ ਜੱਕ ਲੈਂਦਾ। ਹੈ ਉਹ ਫਿਰ ਜਾਂਦਾ ਚੇਅਰਮੈਨ ਐਸ ਐਚਓ ਕੋਲ ਨਾ ਵਈ ਨਾ ਐ ਤੈਨੂੰ ਪਤਾ ਨਹੀਂ ਸਦਾ ਸਾਹਿਬ ਬੰਦਾ ਆਪਣਾ ਇਹ ਇਹ ਬੰਦਾ ਆਪਣਾ ਇਹਨੂੰ ਕੁਝ ਨਹੀਂ ਕਹਿਣਾ ਚਲੋ ਵੀ ਮੁੰਡਿਓ ਚਲੋ ਉਧਰ ਹੋ ਕੇ ਬੈਠੋ ਮੈਂ ਕਰ ਦਾਂ ਗੱਲ ਗੱਲ ਕੀ ਹੋਣੀ ਆ ਕਿੰਨੇ ਚ ਨਿਬੜੀ ਆ ਭਾਈ ਥਾਣੇਦਾਰ ਨੇ ਚਾਹੇ 5000 ਹੀ ਮੰਗਿਆ ਹੋਵੇ ਚਾਹੇ ਮੰਗਿਆ ਵੀ ਨਾ ਹੋਵੇ ਕੁਝ ਅਸੀਂ ਆਣ ਕੇ ਬਾਹਰ ਕਹਿ ਦੇਣਾ ਲਾਣੇਦਾਰਾ ਆਏ ਕਾ ਰਾਤਰੀ ਕੋਲ ਜਾ 20 ਕ ਹਜ਼ਾਰ ਦਾ ਬੰਦੋਬਸਤ ਕਰਨਾ ਪੈਣਾ ਹੈ ਗਲਤੀ ਮੁੰਡਿਆਂ ਤੋਂ ਬਹੁਤ ਭਾਰੀ ਹੋਈ ਹੋਈ ਆ ਉਧਰ ਤਾਂ ਅਸੀਂ ਬਚਾਉਣ ਲਈ ਲਾ ਦਿੰਨੇ ਆ ਓ ਤੁਸੀਂ ਸਿੱਧੇ ਰਸਤੇ ਤੇ ਚੱਲੋ ਸਹੀ ਰਾਹ ਤੇ ਚੱਲੋ ਤੁਸੀਂ